ਫਾਜ਼ਿਲਕਾ ਦੇ ਜਲਾਲਾਬਾਦ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਹੈਰੋਇਨ ਸਮੇਤ ਦੋ ਸਮਗਲਰਾਂ ਨੂੰ ਕਾਬੂ ਕੀਤਾ ਹੈ। ਫਾਜ਼ਿਲਕਾ ਦੇ ਐਸਐਸਪੀ ਅਮਨੀਤ ਕੌਰ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀਆਂ ਤੋਂ ਮੋਟਰਸਾਈਕਲ ਅਤੇ 9 ਕਿਲੋ 387 ਗ੍ਰਾਮ ਹੈਰੋਇਨ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਇਸ ਨਸ਼ੇ ਦੇ ਕਾਰੋਬਾਰ ਦਾ ਮੁਖੀ ਅਮਨਦੀਪ ਸਿੰਘ ਏ, ਜਿਹੜਾ ਪਾਕਿਸਤਾਨੀ ਸਮਗਲਰਾਂ ਤੋਂ ਡਰੋਨ ਰਾਹੀਂ ਹੈਰੋਇਨ ਭਾਰਤ ਵਿੱਚ ਮੰਗਵਾਉਂਦਾ ਹੈ ਅਤੇ ਮਗਰੋਂ ਉਸ ਨੂੰ ਅੱਗੇ ਵੇਚਦਾ ਹੈ। ਸੀਨੀਅਰ ਪੁਲਿਸ ਕਪਤਾਨ ਨੇ ਕਿਹਾ ਕਿ ਸਮਗਲਰਾਂ ਵਿੱਚ ਸ਼ਾਮਲ ਗੁਰਪ੍ਰੀਤ ਸਿੰਘ ਉਰਫ ਗੋਰੀ ਪੁੱਤਰ ਲਛਮਣ ਸਿੰਘ ਵਾਸੀ ਢਾਣੀ, ਫੂਲਾ ਸਿੰਘ ਅਤੇ ਹੁਸ਼ਿਆਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਾਨੂੰ ਸੀਕ੍ਰੈਟ ਇਨਫੋਰਮੇਸ਼ਨ ਸੀਗੀ ਕਿ ਸ਼ਾਇਦ ਕੋਈ ਡਰੋਨ ਦੀ ਮੂਵਮੈਂਟ ਕਰਕੇ ਜਿਹੜੀ ਕੋਈ ਕੰਸਾਈਨਮੈਂਟ ਇੱਧਰ ਆਈ ਹੋਈ ਹੈ, ਸੋ ਉਸੇ ਸੀਕ੍ਰੈਟ ਇਨਫੋਰਮੇਸ਼ਨ 'ਤੇ ਕੰਮ ਕਰਦੇ ਹੋਏ ਐਸਐਚਓ ਸਾਹਿਬ ਵੱਲੋਂ ਜਿਹੜੀ ਪੈਟਰੋਲਿੰਗ 'ਤੇ ਨਾਕੇ ਲਗਾਏ ਗਏ ਸੀਗੇ, ਔਰ ਉਸ ਪੈਟਰੋਲਿੰਗ ਦੇ ਦੌਰਾਨ ਇੱਕ ਮੋਟਰਸਾਈਕਲ ਜਦੋਂ ਸ਼ੱਕੀ ਮੋਟਰਸਾਈਕਲ ਸਾਡੇ ਸਾਹਮਣੇ ਆਇਆ ਪੁਲਿਸ ਪਾਰਟੀ ਦੇ ਸਾਹਮਣੇ, ਤਾਂ ਉਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਦੋ ਲੋਕ ਉਸ 'ਤੇ ਸਵਾਰ ਸੀ ਔਰ ਪੁਲਿਸ ਪਾਰਟੀ ਨੇ ਉਹਨਾਂ ਨੂੰ ਚੇਸ ਕਰਕੇ ਮੋਟਰਸਾਈਕਲ ਰਾਊਂਡ ਅਪ ਕੀਤਾ, ਜਿੱਥੋਂ ਕਿ ਸਾਨੂੰ ਦੋ ਅਕਿਊਜ਼ ਜਿਹੜੇ ਅਸੀਂ ਅਰੈਸਟ ਕੀਤੇ ਹੈ, ਹੁਸ਼ਿਆਰ ਸਿੰਘ ਔਰ ਗੁਰਪ੍ਰੀਤ ਸਿੰਘ ਗੋਰੀ, ਇਹਨਾਂ ਦੋਨਾਂ ਕੋਲੋਂ ਮੋਟਰਸਾਈਕਲ 'ਤੇ ਇੱਕ ਬੈਗ ਸੀ ਜਿਹਦੇ ਵਿੱਚ ਕਿ 9 ਕਿਲੋ 387 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ।